ਵਿਦੇਸ਼ ਦੇ ਵਿੱਚੋਂ ਨੌਜਵਾਨ ਨਹੀਂ ਸਗੋਂ ਉਸ ਦੀ ਡੱਬੇ ਦੇ ਵਿੱਚ ਬੰਦ ਹੋ ਕੇ ਲਾਸ਼ ਆਈ 20-22 ਦਿਨਾਂ ਬਾਅਦ ਅੱਜ ਜੱਦੀ ਪਿੰਡ ਦੇ ਵਿੱਚ ਇਸ ਨੌਜਵਾਨ ਦਾ ਸੰਸਕਾਰ ਕੀਤਾ ਗਿਆ। ਇਟਲੀ ਦੇ ਵਿੱਚ ਇਸ ਨੇ ਦਮ ਤੋੜਿਆ, ਦਿਲ ਦਾ ਦੌਰਾ ਪੈਣ ਕਰਕੇ ਇਸ ਦੀ ਮੌਤ ਹੋਈ ਤਾਂ ਅੱਜ ਡੱਬੇ ਦੇ ਵਿੱਚ ਬੰਦ ਹੋ ਕੇ ਇਸ ਦੀ ਲਾਸ਼ ਇਸ ਦੇ ਜੱਦੀ ਪਿੰਡ ਪਹੁੰਚੀ ਹੈ। ਧਾਹਾਂ ਮਾਰ ਮਾਰ ਕੇ ਸਾਰਾ ਪਰਿਵਾਰ ਰੋ ਰਿਹਾ। ਰਾਏਕੋਟ ਦੇ ਪਿੰਡ ਤਲਵੰਡੀ ਰਾਏ ਦੀਆਂ ਇਹ ਤਸਵੀਰਾਂ ਨੇ ਜਿੱਥੋਂ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਇਸ ਨੇ ਫੋਨ ਤੇ ਕਿਹਾ ਸੀ ਕਿ ਆਉਂਦੀਆਂ ਸਰਦੀਆਂ ਦੇ ਵਿੱਚ ਉਹ ਪਿੰਡ ਗੇੜਾ ਮਾਰੇਗਾ, ਪਰ ਸਰਦੀਆਂ ਤੋਂ ਪਹਿਲਾਂ ਹੀ ਇਸ ਨੌਜਵਾਨ ਦੀ ਲਾਸ਼ ਡੱਬੇ ਦੇ ਵਿੱਚ ਬੰਦ ਹੋ ਕੇ ਪਿੰਡ ਤਲਵੰਡੀ ਰਾਏ ਪਹੁੰਚੀ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਗਰੇਵਾਲ ਇੱਕ ਛੋਟੇ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ। ਰੋਜ਼ੀ ਰੋਟੀ ਦੀ ਭਾਲ ਦੇ ਲਈ 2014 ਦੇ ਵਿੱਚ ਇਟਲੀ ਗਿਆ, ਜਿੱਥੇ ਪਿਛਲੇ 10 ਸਾਲਾਂ ਤੋਂ ਮਿਹਨਤ ਮਜ਼ਦੂਰੀ ਕਰਦਾ ਰਿਹਾ। ਕੁਝ ਸਮਾਂ ਪਹਿਲਾਂ ਉੱਥੇ ਪੱਕਾ ਹੋਇਆ ਸੀ, ਸਗੋਂ 10 ਸਾਲਾਂ ਬਾਅਦ ਇਸ ਸਾਲ ਸਰਦੀਆਂ ਦੇ ਵਿੱਚ ਆਪਣੇ ਜੱਦੀ ਪਿੰਡ ਆਉਣ ਬਾਰੇ ਪਰਿਵਾਰ ਨੂੰ ਗੱਲ ਕਹੀ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਰਵਿੰਦਰ ਸਿੰਘ ਉੱਥੇ ਰਾਤ ਨੂੰ ਸੁੱਤਾ ਪਿਆ ਤੇ ਸੁੱਤੇ ਪਏ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੇ ਨਾਲ ਉਸਦੀ ਮੌਤ ਹੋਈ। 3 ਭਰਾਵਾਂ ਦੇ ਵਿੱਚੋਂ ਇਹ ਸਭ ਤੋਂ ਛੋਟਾ ਸੀ। ਪਿਛਲੇ ਸਾਲ ਇਸਦੇ ਪਿਤਾ ਇੰਦਰਜੀਤ ਸਿੰਘ ਦਾ ਵੀ ਦੇਹਾਂਤ ਹੋਇਆ ਸੀ। ਇਸ ਮੌਕੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਮੇਰੀ ਮਾਸੀ ਦਾ ਲੜਕਾ ਪਰਮਿੰਦਰ ਸਿੰਘ, ਜੋ 3 ਭਾਈਆਂ 'ਚ ਛੋਟਾ ਸੀ, ਇਹ ਪਿਛਲੇ ਸਮੇਂ 2014 ਦੇ ਵਿੱਚ ਰੁਜ਼ਗਾਰ ਦੇ ਲਈ ਇਟਲੀ ਗਿਆ ਸੀ। ਉੱਥੇ ਪੱਕਾ ਹੋਇਆ ਹੋ ਕੇ ਅਤੇ ਅਚਾਨਕ ਪਿਛਲੇ ਦਿਨ ਜਿਹੜਾ ਦਿਲ ਦਾ ਦੌਰਾ ਪੈਣ ਦੇ ਨਾਲ ਇਹ ਕਾਲ ਛੱਡਣਾ ਕਰ ਗਏ। ਪਿਛਲੇ ਸਾਲ ਹੀ ਇਹਨਾਂ ਦੇ ਜਿਹੜੇ ਪਿਤਾ ਜੀ ਇੰਦਰਜੀਤ ਸਿੰਘ, ਉਹ ਵੀ ਚੜ੍ਹਾਈ ਕੀਤੇ ਸੀ। ਪਰਿਵਾਰ ਦੇ ਵਿੱਚ ਤਾਂ ਪਹਿਲੇ ਬੰਦਿਆਂ ਦੀ ਬੜੀ ਘਾਟ ਸੀ, ਜੋ ਅੱਜ ਇਹ ਸਾਨੂੰ ਛੋਟਾ ਵੀਰ ਸਾਡਾ ਕਿੱਡਾ ਵੱਡਾ ਝਟਕਾ ਦੇ ਕੇ ਗਿਆ, ਜੋ ਸਹਿ ਆ। ਅਸੀਂ ਸਰਕਾਰ ਤੋਂ ਵੀ ਉਹੀ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ। ਇਹ ਜਿਹੜਾ ਪਰਮਿੰਦਰ ਸਿੰਘ ਆ, 14 ਤੋਂ ਬਾਅਦ ਇੰਡੀਆ ਆਇਆ ਸੀ ਤਾਂ ਪਹਿਲਾਂ ਬਾਅਦ 'ਚ ਨਹੀਂ ਜੀ, 2014 ਤੋਂ ਬਾਅਦ 10 ਸਾਲ ਬਾਅਦ ਅੱਜ ਇਸੇ ਰੂਪ 'ਚ ਆਇਆ ਜੀ। ਨਹੀਂ, ਮੈਨੂੰ ਪਤਾ ਲੱਗਿਆ ਸੀ ਵੀ ਪੱਕਾ ਹੋ ਗਿਆ ਅਤੇ ਇਹਨੇ ਆਉਣ ਦੇ ਦਿਨਾਂ 'ਚ ਇੰਡੀਆ ਆਉਣ ਦਾ ਹੁੰਦਾ ਸੀਗਾ ਜੀ। ਹੁਣ ਇਹਨੂੰ ਪੇਪਰ, ਜਿਹੜੇ ਅਸਲ ਪੇਪਰ ਹੁਣ ਮਿਲੇ ਸੀਗੇ, ਅਤੇ ਉਸ ਤੋਂ ਬਾਅਦ ਇਹਦੀ ਗੱਲ ਹੋਈ ਆ ਤਕਰੀਬਨ, ਅਤੇ ਕਹਿੰਦਾ ਸੀ ਮੈਂ ਥੋੜ੍ਹੇ ਸਮੇਂ ਦੇ ਵਿੱਚ ਆਵਾਂਗਾ। ਅਤੇ ਚਲੋ, ਫਿਰ ਸਾਰਿਆਂ ਨੂੰ ਖੁਸ਼ੀ ਵੀ ਸੀ ਵੀ ਇੰਨੇ ਚਿਰ ਬਾਅਦ ਬੱਚੇ ਇਹਨੇ ਘਰ ਆਉਣਾ, ਕਿਉਂਕਿ ਬਾਪ ਦੀ ਡੈਥ 'ਤੇ ਵੀ ਇਹ ਪਹੁੰਚ ਨਹੀਂ ਸਕਿਆ। ਕਿੰਨੀ ਕੁ ਉਮਰ ਸੀ ਇਹਨਾਂ ਦੀ? ਇਹ ਲਗਭਗ ਜੀ 1988 ਦਾ ਬਰਥ ਸੀ ਇਹਨਾਂ ਦਾ ਜੀ, 34 ਸਾਲ ਲਾ ਲਈਏ ਜੀ। ਇਹਨਾਂ ਦੀ ਜਿਹੜੀ ਡੈਡ ਬੋਡੀ ਆ, ਡੈਥ ਤੋਂ ਕਿੰਨੇ ਦਿਨ ਬਾਅਦ ਆਈ ਆ? ਇਹ ਤਾਂ ਜੀ ਤਕਰੀਬਨ, ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ, ਲਗਭਗ ਮਹੀਨੇ ਤੋਂ ਪਲੱਸ ਹੋਈ ਗਿਆ ਸੀਗਾ ਜੀ।